ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਡਾਕਟਰ ਅੰਬੇਦਕਰ ਮੁਹੱਲਾ ਅਤੇ ਮੁਹੱਲਾ ਢਾਬਵਾਲਾ ਵਿਖੇ ਸਥਿਤ ਘਰਾਂ ਦੇ ਉਪਰੋਂ ਗੁਜਰਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਨੂੰ ਲੈ ਕੇ ਪਾਵਰਕੌਮ ਉਪ ਮੰਡਲ ਅਪਰਾ ਦੇ ਦਫ਼ਤਰ ਦੇ ਮੁੱਖ ਗੇਟ ਦੇ ਅੱਗੇ ਅਨਿਸ਼ਚਿਤ ਸਮੇਂ ਲਈ ਧਰਨਾ ਲਗਾ ਦਿੱਤਾ। ਇਸ ਮੌਕੇ ਅਪਰਾ ਦੇ ਡਾਕਟਰ ਅੰਬੇਦਕਰ ਮੁਹੱਲਾ ਤੋਂ ਲੈ ਕੇ ਬਿਜਲੀ ਵਿਭਾਗ ਦੇ ਦਫ਼ਤਰ ਤੱਕ ਪੈਦਲ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਤੀਰਥ ਰਾਜਪੁਰਾ ਸਕੱਤਰ ਵਸਪਾ ਪੰਜਾਬ ਲਾਲ ਚੰਦ ਔਜਲਾ, ਵਸਪਾ ਆਗੂ ਬਲਵਿੰਦਰ, ਬਿੱਟੂ ਪ੍ਰਧਾਨ ਹਲਕਾ ਫਲੋਰ, ਰਾਮ ਸਰੂਪ ਚੱਬਾ ਸਾਬਕਾ ਸਰਪੰਚ ਵਿਰਕਾ, ਸੋਹਨ ਲਾਲ ਸੋਮੀ, ਅਵਿਨਾਸ਼ ਅਪਰਾ, ਦੇਸ ਰਾਜ ਰਾਜੂ, ਰਣਜੀਤ ਪਵਾਰ, ਪ੍ਰਧਾਨ ਅੰਬੇਦਕਰ ਫੋਰਸ ਪੰਜਾਬ ਤੇ ਸੋਢੀ ਰਾਣਾ ਆਗੂਆਂ ਨੇ ਕਿਹਾ ਕਿ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਨੂੰ ਲੈ ਕੇ ਮੁਹੱਲਾ ਵਾਸੀਆਂ ਵੱਲੋਂ ਪਾਵਰਕੌਮ ਉਪ ਮੰਡਲ ਅਪਰਾ ਦੇ ਦਫ਼ਤਰ ਅੱਗੇ ਪਹਿਲਾਂ ਵੀ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਪਾਵਰਕੌਮ ਉੱਚ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ 20 ਦਿਨਾਂ 'ਚ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰੰਤੂ ਕੋਈ ਹੱਲ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਕਤ ਸਮੱਸਿਆ ਦਾ ਹੱਲ ਨਹੀਂ ਹੁੰਦਾ। ਬੂਟਾ ਸਿੰਘ ਢੀਂਡਸਾ ਦੀ ਰਿਪੋਰਟ। ਮੇਰਾ ਨਾਮ ਜੀ ਸੰਦੀਪ ਕੁਮਾਰ ਹੈ, ਪਿੰਡ ਮੇਰਾ ਪਾਲਕ ਦੀ ਸਾਨੂੰ ਬਜਿੰਦਰਪਾਲ। ਅਸੀਂ ਬਿਜਲੀ ਘਰ ਨੂੰ ਕਈ ਵਾਰ ਅਸੀਂ ਰਿਪੋਰਟਾਂ ਦੇ ਚੁੱਕੇ ਹਾਂ ਵੀ ਸਾਡੇ ਉੱਪਰ ਹਾਈ ਵੋਲਟੇਜ ਤਾਰਾਂ ਜਾ ਰਹੀਆਂ ਆ, ਅਤੇ ਇਹਨਾਂ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ। ਉਲਟਾ ਮੇਰੇ ਕੋਲੋਂ ਜਗਿੰਦਰਪਾਲ ਜਿਹੜਾ ਜਈ ਆ ਜੀ, ਇਹਦੇ ਕੋਲੋਂ 12,000 ਰੁਪਈਆ ਮੰਗ ਰਿਹਾ। SDO ਨੂੰ ਵੀ ਅਸੀਂ ਕਈ ਵਾਰ ਦਰਖਾਸਤਾਂ ਦਿੱਤੀਆਂ, ਉਹਨੇ ਵੀ 3 ਮਹੀਨਿਆਂ ਤੋਂ ਸਾਡਾ ਕੋਈ ਵੀ ਸੁਣਵਾਈ ਨਹੀਂ ਕੀਤੀ। ਇਸ ਕਰਕੇ ਇੱਦਾਂ ਦੀ ਕੋਈ ਕਾਰਵਾਈ ਕੀਤੀ ਜਾਵੇ। ਗਰਾਂ ਵੀ ਦਰਖਾਸਤ ਦਿੱਤੀ ਆ, ਉਹਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਇਸ ਕਰਕੇ ਅਸੀਂ ਇੱਥੇ ਇਹਨਾਂ 'ਚ ਧਰਨੇ 'ਚ ਮੌਜੂਦ ਹੋਏ ਹਾਂ, ਕਿਰਪਾ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ। ਸਨ ਆਫ ਗੁਲਜ਼ਾਰ ਮੁਹੰਮਦ, ਮੇਰੀ ਸਰਾਫਾ ਬਾਜ਼ਾਰ 'ਚ ਦੁਕਾਨ ਹੈ, ਚੁੰਨੀਆਂ ਦੀ ਦੁਕਾਨ ਭਾਈਵੇਂ ਚੰਦ ਵਾਲੇ ਮੋੜ 'ਤੇ। ਮੈਂ ਇਹਨਾਂ ਨੂੰ ਬਿਜਲੀ ਮਹਿਕਮੇ ਨੂੰ 2012 ਦਾ ਜੂਨ ਦਾ ਐਪਲੀਕੇਸ਼ਨ ਦਿੱਤੀ ਹੋਈ ਆ, ਇਹਨਾਂ ਦੀ ਮਾਰਕ ਕੀਤੀ ਐਪਲੀਕੇਸ਼ਨ ਮੇਰੇ ਕੋਲ ਆ। ਮੈਂ ਇਹਨਾਂ ਨੂੰ ਕਈ ਵਾਰੀ ਐਪਲੀਕੇਸ਼ਨ ਦੇ ਆਧਾਰ 'ਤੇ ਇਹਨਾਂ ਨੂੰ ਸੁਣਵਾਈ ਕਰਨ ਦੀ ਕਿਹਾ, ਪਰ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਮੇਰੇ ਸ਼ਟਰ ਦੇ ਨਾਲ ਹਾਈ ਵੋਲਟੇਜ ਦੀਆਂ ਤਾਰਾਂ ਲੰਘ ਰਹੀਆਂ ਹਨ, ਅਤੇ ਉਸ ਤੋਂ ਕਿਸੇ ਵੀ ਜਾਨ ਦਾ ਖਤਰਾ ਹੋ ਸਕਦਾ ਹੈ। ਅਗਰ ਕਿਸੇ ਦਾ ਵੀ ਕੋਈ ਹਾਦਸਾ ਹੋ ਕਿਸੇ ਟਾਈਮ ਵੀ ਹੋ ਸਕਦਾ ਹੈ। ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਇਹ ਕੰਮ ਕਰਦੇ ਹੋ, ਪਰ ਨਹੀਂ, ਇਹ ਕਹਿੰਦੇ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ। ਕਿਹੜੇ ਨੇ ਕਿਹਾ, ਕਿਹੜੇ ਨੇ ਕਿਹਾ ਤੁਹਾਨੂੰ, ਕੀ ਨਾਂ ਸੀ ਉਹਦਾ ਬੰਦੇ ਦਾ? ਬਲਵੀਰ ਕੁਮਾਰ, ਬਲਵੀਰ ਜੀ। ਤੁਹਾਡੇ ਕਿੰਨੇ ਪੈਸੇ ਡਿਮਾਂਡ ਕੀਤੇ ਉਹਨੇ? ਪੈਸੇ ਪਤਾ ਨਹੀਂ, ਕਹਿੰਦੇ ਇਸ ਤਰ੍ਹਾਂ ਨਹੀਂ ਕਹਿੰਦੇ ਕੰਮ ਹੁੰਦੇ ਹੈਗੇ ਇਹ, ਬਗੈਰ ਪੈਸਿਆਂ ਤੋਂ। ਕੋਈ ਪੈਸੇ ਮੰਗੇ ਵੀ ਆ, ਕਿੰਨੇ ਮੰਗੇ ਆ? ਪੈਸੇ ਕਹਿੰਦੇ ਇਹਦਾ ਬਜਟ ਕੀਤਾ ਜਾਊਗਾ, ਅਤੇ ਉਲਟਾ ਮੈਨੂੰ ਕਹਿ ਰਹੇ ਅਸੀਂ ਇਹਦਾ ਪਟਿਆਲੇ ਐਪਲੀਕੇਸ਼ਨ ਮਾਰਕ ਕਰਕੇ ਭੇਜ ਦਿੱਤੀ ਆ ਕਿ ਇਹ ਇੱਥੇ ਤਾਰਾਂ 50 ਸਾਲਾਂ ਤੋਂ ਹਨ। ਅਸੀਂ ਤਾਂ ਕੋਈ ਇਹਨਾਂ ਨੂੰ ਦਿੱਤਾ ਨਹੀਂ ਹੈਗਾ ਬਿਜਲੀ ਮਹਿਕਮੇ ਨੂੰ ਇਜਾਜ਼ਤ ਕਿ ਸਾਡੀ ਕੰਧ 'ਤੇ ਤਾਰਾਂ ਲਗਾਓ, ਪਰ ਇਹ ਕਹਿ ਰਹੇ ਅਸੀਂ 50 ਸਾਲ ਤੋਂ ਲਿਖ ਕੇ ਭੇਜਤਾ ਕਿ ਇਹ 50 ਸਾਲ ਤੋਂ ਇੱਥੇ ਤਾਰਾਂ ਲੱਗੀਆਂ ਹੋਈਆਂ। ਅਜੇ ਤਾਂ ਕੋਈ ਹੱਲ ਹੋਇਆ ਕਿ ਨਹੀਂ? ਨਹੀਂ, ਹਜੇ ਕੋਈ ਹੱਲ ਨਹੀਂ, ਕੋਈ ਹੱਲ ਨਹੀਂ। ਇਹ ਸ਼ਟਰ ਤੋਂ ਸਿਰਫ 2-3 ਇੰਚ ਦਾ ਫਾਸਲਾ ਹੈ।